ਸਾਰਿਆਂ ਨੂੰ ਅੱਜ ਤੁਹਾਡੇ ਰੂਬਰੂ ਹਾਂ। ਕੁਛ ਚਰਚੇ ਪਿਛਲੇ ਦਿਨੀ ਚੱਲ ਰਹੇ ਸੀਗੇ ਹਲਕਾ ਭਲੱਥ ਦੇ ਵਿੱਚ, ਕਈ ਵੀਰਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਆ ਰਿਹਾ ਜੀ, ਕੋਈ ਆ ਰਿਹਾ। ਮੈਂ ਗੱਲ ਕਰਨ ਜਾ ਰਿਹਾ ਸੁਖਪਾਲ ਸਿੰਘ ਖਹਿਰੇ ਦੀ। ਸੁਖਪਾਲ ਸਿੰਘ ਖਹਿਰਾ ਪਿਛਲੀ ਦਿਨੀ ਕੱਲ ਵੀ ਹਲਕਾ ਭਲੱਥ ਦੇ ਲੋਕਾਂ ਨੂੰ ਫੋਨ ਕਰਕੇ ਧਮਕਾ ਰਿਹਾ ਆ। ਕਈਆਂ ਨੂੰ ਕਹਿ ਰਿਹਾ ਤੁਸੀਂ ਬਿਜ਼ਨਸਮੈਨ ਹੋ, ਡਰਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਕਈਆਂ ਨੂੰ ਟੈਲੀਫੋਨ ਕਰਕੇ ਕਹਿੰਦਾ ਕਿ ਹਾਂਜੀ ਜੀ, ਕਿ ਮੈਂ ਕਾਂਗਰਸ ਵਿੱਚ ਆ ਗਿਆ ਹਾਂ। ਸੁਖਪਾਲ ਸਿੰਘ ਖਹਿਰਾ, ਜੇ ਤੂੰ ਸੁਖਜਿੰਦਰ ਸਿੰਘ ਦਾ ਪੁੱਤ ਆ ਨਾ, ਤੇ ਜੇ ਆਪਣੇ ਆਪ ਨੂੰ ਮਰਦ ਕਹਿੰਦਾ, ਤੇ 6 ਜੂਨ ਤੱਕ ਜੇ ਤੂੰ ਟੈਲੀਫੋਨ ਕਰਕੇ ਹਲਕੇ ਦੇ ਲੋਕਾਂ ਨੂੰ ਕਹਿ ਸਕਦਾ ਕਿ ਮੈਂ ਕਾਂਗਰਸ 'ਚ ਆ ਗਿਆ ਜਾਂ ਮੈਂ ਆ ਰਿਹਾ, ਤੇ ਇਹਨੂੰ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ 6 ਜੂਨ ਤੱਕ ਅਨਾਊਂਸ ਕਰ ਕਿ ਮੈਂ ਕਾਂਗਰਸ 'ਚ ਆ ਰਿਹਾ। ਨਹੀਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ। ਥੁੱਕ ਕੇ ਚੱਟ ਰਿਹਾ, ਮੈਂ ਗੈਰਤਮੰਦ ਨਹੀਂ ਰਿਹਾ, ਮੈਂ ਖੁਦ ਮੁਖਤਿਆਰੀ ਲੈ ਕੇ ਆ ਰਿਹਾ। ਇਹ ਗੱਲਾਂ ਸਾਰੀਆਂ ਕਰਕੇ ਤੇ ਹਲਕਾ ਭਲੱਥ ਦੇ ਲੋਕਾਂ ਨੂੰ ਇਹ ਦੱਸ ਕਿ ਮੈਂ ਕਾਂਗਰਸ 'ਚ ਆ ਰਿਹਾ 6 ਜੂਨ ਤੱਕ। ਹੁਣ ਮੈਂ ਦੱਸਣ ਲੱਗਾ ਤੇਰੇ ਬਾਰੇ। ਵੈਸੇ ਤਾਂ ਸਾਰੇ ਲੋਕਾਂ ਨੂੰ ਹੀ ਪੂਰਾ ਗਿਆਨ ਆ ਕਿ ਪਹਿਲਾਂ ਆਪਾਂ ਸੀਗੇ ਅਕਾਲੀ, ਉਸ ਤੋਂ ਬਾਅਦ ਬਣੇ ਆਪਾਂ ਖਾਲਿਸਤਾਨੀ, ਉਸ ਤੋਂ ਬਾਅਦ ਬਣੇ ਆਪਾਂ ਕਾਂਗਰਸੀ, ਉਸ ਤੋਂ ਬਾਅਦ ਫੜਿਆ ਆਪਾਂ ਝਾੜੂ, ਉਸ ਤੋਂ ਬਾਅਦ ਆਪਾਂ ਗੈਰਤਮੰਦ ਹੁੰਦੇ ਹੋਇਆ ਖੁਦ ਮੁਖਤਿਆਰੀ ਲੈਣ ਪੰਜਾਬੀ ਏਕਤਾ ਪਾਰਟੀ ਹੋ ਗਏ ਆਪਾਂ, ਤੇ ਹੁਣ ਇਹ ਸਾਰਾ ਪੰਜਾਬ, ਸਾਰੇ ਪੰਜਾਬ ਦੀ ਜੂਠ ਨਹੀਂ ਛੱਡੀ, ਤੇ ਨਾ ਹੋਇਆ ਆਪਣਾ ਥੁੱਕ ਚੱਕ। ਇਹ ਸਟੇਟਸ ਆ ਪਿਛਲੀ ਦਿਨੀ ਤੁਹਾਡੇ ਚੇਲਿਆਂ ਵੱਲੋਂ ਜੋ ਕਮੈਂਟ ਕੀਤੇ ਗਏ ਜੱਗ ਬਾਣੀ ਦੇ ਪੇਜ ਤੇ ਕਿ ਸੁਖਪਾਲ ਖਹਿਰਾ ਕਾਂਗਰਸ 'ਚ ਆ ਰਿਹਾ, ਥੱਲੇ ਕਮੈਂਟ ਪੜ੍ਹਨ ਵਾਲੇ ਸੀਗੇ ਉਹਦੇ, ਇਹ ਆਹ ਥੁੱਕ ਚੱਟ ਹੈ ਮੈਂ ਨਹੀਂ ਕਰਿਆ, ਇਹ ਲੋਕਾਂ ਨੇ ਸੋਧਨ ਕੀਤਾ ਉਹਨਾਂ ਨੇ ਇਹ ਧੋ ਧੋ ਕੇ। ਤੇ ਦੂਸਰੀ ਗੱਲ, ਜੋ ਆਪਾਂ ਖਾਲੜਾ ਦੇ ਨਾਂ 'ਤੇ ਰੁਪਈਏ ਇਕੱਠੇ ਕੀਤੇ, ਜੋ ਆਪਾਂ ਖਾਲਿਸਤਾਨ ਦੇ ਨਾਂ 'ਤੇ ਗਰਮ ਖੜੀਆਂ ਦੇ ਕੋਲੋਂ ਪੈਸੇ ਇਕੱਠੇ ਕੀਤੇ, ਉਹਨਾਂ ਸਾਰਿਆਂ ਦਾ ਹਿਸਾਬ 6 ਜੂਨ ਤੱਕ ਤੂੰ ਅਨਾਊਂਸ ਕਰ, ਤੇਰੇ ਉਸੇ ਲਾਈਵ ਦੇ ਵਿੱਚ ਲੋਕ ਹਿਸਾਬ ਮੰਗਣਗੇ। ਕਿ ਜਿਹੜੀ ਰਾਹੁਲ ਗਾਂਧੀ, ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦਾ ਰਿਹਾ ਆ, ਗਾਲਾਂ ਕੱਢਦਾ ਰਿਹਾ, ਇੱਡੀ ਲੰਮੀ ਤੇਰੀ ਜ਼ਬਾਨ ਆ, ਠੀਕ ਆ, ਤੇ ਉਸੇ ਕਾਂਗਰਸ ਨੂੰ ਤੂੰ ਜੁਆਇਨ ਕਰਨ ਜਾ ਰਿਹਾ, ਕਰ ਅਨਾਊਂਸ। ਡੀਕ ਰਹੇ ਨੇ ਲੋਕ, ਜਿੱਥੋਂ ਤੱਕ ਤੇਰੇ ਡਰਾਉਣ ਤੇ ਧਮਕਾਉਣ ਦੀ ਗੱਲ ਆ ਕਿ ਤੂੰ ਆ ਜਾਏਗਾ ਤੇ ਕੀ ਹੋਜੂਗਾ, ਤੂੰ ਆ ਜਾਏਗਾ ਤੂੰ ਭਲੱਸਦਾ ਲੱਗ ਜਾਏਗਾ ਆਪਣਾ DSP, ਕਿ ਤੂੰ ਲੋਕਾਂ ਨੂੰ ਦਾਬੇ ਮਾਰਦਾ, ਜਾਂ ਤੂੰ SDM ਦਾ ਲੱਗ ਜਾਏਗਾ, ਆ ਜਾਏਗਾ ਤੇ ਅੱਗੇ ਵੀ ਤੂੰ ਇੱਥੇ ਹੀ ਆ, MLA ਤੋਂ ਅਸਤੀਫਾ ਦੇ ਕੇ ਆਏਗਾ ਨਾ, ਤਾਂ ਲੋਕਾਂ 'ਚ ਦੁਬਾਰਾ ਜਾਵਾਂਗੇ, ਫੈਸਲਾ ਲੋਕਾਂ ਨੇ ਕਰਨਾ। ਜਿਹੜੀ ਕਾਂਗਰਸ ਪਾਰਟੀ ਨੂੰ ਤੂੰ ਛੱਡ ਕੇ ਗਿਆ ਸੀ, ਉਸ ਚੋਣ 2017 ਦੇ ਵਿੱਚ 900 ਵੋਟ ਪਈ ਸੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਇਸ ਹਲਕਾ ਭਲੱਥ ਦੇ ਵਿੱਚ ਲੋਕਾਂ ਦੇ ਕੰਮ ਕੀਤੇ, ਕਾਂਗਰਸ ਨੂੰ ਦੁਬਾਰਾ ਖੜੀ ਕੀਤਾ, ਤੇ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਤੇ ਜਦੋਂ ਤੂੰ ਕਾਂਗਰਸ 'ਚ ਹੁੰਦਾ ਸੀਗਾ ਉਦੋਂ ਲੋਕ ਸਭਾ 12-12 ਹਜ਼ਾਰ ਤੋਂ ਹਰਦੀ ਹੁੰਦੀ ਸੀ। ਇਹ ਆ ਸਟੇਟਸ ਕਾਂਗਰਸ ਦਾ, ਤੇਰੇ ਜਾਣ ਤੋਂ ਬਾਅਦ ਕਾਂਗਰਸ ਤਗੜੀ ਹੋਈ ਆ, ਸਰਪੰਚੀਆਂ ਵੀ ਜਿੱਤੀਆਂ, ਤੂੰ ਗਣਾ ਕਿ ਤੂੰ ਸ਼ਾਮਲ ਹੋਏਗਾ ਤੇ ਨਾਲ ਸਰਪੰਚ ਕਿੰਨੇ ਸ਼ਾਮਲ ਕਰਾਏਗਾ, ਕਰਾਏਗਾ ਤਾਂ ਜੇ ਕੋਈ ਸਰਪੰਚ ਹੋਊਗਾ ਤੂੰ ਪੰਚ ਕਰਾ ਲਈ, ਏਦਾਂ ਕਰ ਆਪਣੇ ਪਿੰਡ ਦਾ ਸਰਪੰਚੀ ਤੇਰੇ ਕੋਲ ਜਿੱਤੀ ਗਈ, ਤੇਰੇ ਪਿੰਡ ਦੀ ਸਰਪੰਚੀ ਨਹੀਂ ਜਿੱਤੀ ਗਈ ਤੇਰੇ ਕੋਲ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਮਹਾਰਾਜਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਾਂਗਰਸ ਹਾਈਕਮਾਂਡ ਨੂੰ ਇੱਕ ਬੇਨਤੀ ਕਰੂੰਗਾ ਕਿ ਲੋਕੋ ਤੈਨੂੰ ਸ਼ਾਮਲ ਤੇ ਕਰ ਲੈਂਦੇ, ਪਿੰਡ ਵਾਲਾ ਸਰਪੰਚ ਆਪਣਾ ਰਾਮਗੜ੍ਹ ਦਾ ਨਾਲ ਲੈ ਜੀ ਕਿ ਮੈਂ ਇਹਦੇ ਨਾਲ ਹਾਂ। ਜੇ ਆਪਣੇ ਪਿੰਡ ਦਾ ਸਰਪੰਚ ਇਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਦੇਵੇ ਕਿ ਸੁਖਪਾਲ ਖਹਿਰੇ ਨੂੰ ਜਵਾਇਨ ਕਰਾ ਲਓ, ਤੇ ਹਾਈਕਮਾਂਡ ਜੀ ਸਕਦੇ ਕਰਾ ਲਓ, ਬਾਕੀ ਪਿੰਡਾਂ ਤੋਂ ਬਹੁਤ ਦੂਰ ਦੀ ਗੱਲ ਹੈ।
जमीनी लैवल दे उत्ते अपनी सीट जितन की समर्था नहीं रखता, लागे छागे वाली सीटा तो बहुत दूर दियां गल्लां आ। सुखपाल खहरा एक तेरे सपोर्टर वालों कमेंट किया गया कि जग बाणी के जिन्हें भी कमेंट किए आ हल्का भलाथ के लोगों ने नहीं किए, बाहर ने किए आ, तो आप इंटरनेशनल लीडर हैं, तो हुण जो गल्लां करनियां नैशनल दियां स्टेट दियां देश दियां हल्का भलाथ ना आप वास्ता ही कोई नहीं, ना उत्ते आप वेटर लाने का कोई इंट्रस्ट है, ना उतो की डिवेलपमेंट ना है। तो जुतियां भी फिर उन्होंने भेह भे के मार रही, 6 जून तक ज्वाइन कर NRI बिठे आ, ए हाथ च फड़िया छित्र भेज गए उन्होंने, तेन मुड़के जा गया विखाई वाले बाहर। यह जरा तेरा स्टाइल है ना दबका के डरा के लोगों जोड़ना, ये नहीं हूँ चलना, तो ना चलन देना। एक गल होर, बहुत सत्कारयोग बंदे ने अपने नराले दे, जदों गल आई भी हाँ जी जी सुखपाल खहरा ज्वाइन कर जा रहा, उन्हां दी वर्षण की सी, कहिंदे बहुत माड़ी गल होण लगी आ, हुण बदलाखोरी की राजनीति शुरू होगी, नजायज पर्चियां की राजनीति शुरू होगी। मैं कह रही क्यों, कहिंदे सुखपाल ने 2002 दे जदों कांग्रेस का राज आया सी, इस बंदे ने नजायज पर्चियां की शुरुआत की सी, ते बदले दे वजों जदों 2007 च अकालियां की सरकार बनी तो फिर उन्होंने कांग्रसियों के कराए। ये रीत असी तोड़ी सी पिछले 4 साल के, कोई बंदा कह दे किसी नजायज पर्चा दर्ज होया, लखविंदर सिंह हमीरे से होया सी, एक वह भी एक ब्लैकमेलर वालों गुमराह करके, तो जिहड़ा कि पुलिस ने उन्होंने भी क्लीन चिट किया, पैरवाई की। हुण यह तेरी हल्के आवाज आ कि सुखपाल आऊगा डराउण तो मुकाउण दे नहीं कालिया नूं भी ते अपने बंदियां नूं भी, जिदा हुण तूं कल फोन करके धमकाउंदा, तैनूं पता मैं किहदा नां लै रहा, मैं लाइव तां लोड पैण ते दस भी दूंगा तूं किहड़े किहड़े सरपंचां नूं टैलीफोन कीते, तैनूं इह सी कि इलाके च गल उड़ जू कि मैं आ रहा, तो सवेर नूं सारा हलका इकट्ठा होकर लाइन च लग जूगा, कि जिदा बाबा प्रचार नहीं दिंदा लैणा च लग के ऐ लैणा वा, भी रामगढ़ की तो लैन तो जी है लिट्टा तो कंडूरी तक लग गई, भी सुखपाल आ रहा जाके मिल रही है, भी पता नहीं उन्हें कहड़ा जरा है वा भी वह बंब लैके आ रहा वा, कोई नहीं आया। जेडे अपने जेडे तेरे है ना जो रखे तू ने उ आए है, किसी ने रिस्पोंस नहीं दिता, पत्र ले बने लाए तू कि आके खिलो तो करेगा की, कहना तो यही पाया ना कि मैं शामिल होगा तो मेरे नाल शामिल, तो पहले कांग्रेस दुनिया सारी ऑलरेडी पिछले जदों तू छ चले गया तो मुड़के 900 वोट पैण तो बाद सारी कांग्रेस ने दोबारा इकट्ठा किया, वो तो सारे है तू कला ही आना, तो तू ही MLAship तो इस्तीफा दे के आएगा कि आओ जी जी आम आदमी पार्टी तो मैं बनया ही MLA छड़िया तो मैं कांग्रेस ज्वाइन की, तो बच्चे आएगा मैदान च फिर देखा तेन, फिर कांग्रेस पार्टी देखूगी भी टिकट किनू देनी है। पार्टी ने 2017 तो पहला भी लीडर शामिल कराए थे, मैं ना नहीं लेना अकाली दल चो दुआबे के खेत्र चो लुधियाने के लागों, पर पार्टी ने टिकटा अपने वफादार बंदियां नूं दित्तियां सी, दल बदलों नूं नहीं सी दित्तियां। ये गल याद रखी, आ जी जी सदके आ अगले बंदे खड़े हैं, तो जिहड़ा तेरा हैगा ना नजायज पर्चियां वाला उहदा डट के विरोध करांगे, तो अपने बंदियां दे नाल खड़े हैं, तो दबके मारने करदे बंद, नहीं तो दबके का जवाब दबके नहीं आऊगा। बस इन्नी गल, अज बहुत चिर बाद सारयां दे रूबरू होया, वह भी असीं चलो देखते सी भी चलो इहदियां गल्लां दा मैं जवाब नहीं सी देना चाहुंदा, पर इहने 2-3 दिन लगातार हल्के दे भलत दे लोकां नूं फोन करके साडे अहुदेदारां नूं फोन करके ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਆ, ਇਹਨੂੰ ਇਹ ਸੀ ਕਿ ਇਹ ਸਾਰੇ ਡਰ ਕੇ ਮੇਰੇ ਕੋਲ ਆ ਜਾਣ, ਪਰ ਇਹ ਹਲਕੇ ਦੇ ਲੋਕ ਅਣਖੀਲੇ ਆ, ਤੇਰੇ ਵਰਗੇ ਬੇਕੈਦ ਦੇ ਨਹੀਂ ਹੈਗੇ, ਦਲ ਬਦਲੂ ਨਹੀਂ ਹੈਗੇ, ਗੈਰਤਮੰਦ ਤੂੰ, ਤੇਰੀ ਤਾਂ ਗੈਰਮੰਦ ਤਾਂ ਆਪੇ ਖਤਮ ਹੋ ਜਾਣੀ ਆ, ਖੁਦ ਮੁਖਤਿਆਰੀ ਵੀ ਖਤਮ ਹੋ ਜਾਣੀ ਆ, ਤੇ ਇਹ ਤੂੰ ਚਲੇ ਗਿਆ ਤੇ ਚਲੇ ਗਏ, ਤੂੰ ਆ ਗਿਆ ਤੇ ਉਹ ਆ ਗਏ, ਉਹ ਜਿੱਥੇ ਹੈਗੇ ਆ ਉਹ ਹੈਗੇ ਆ, ਤੇ ਜੇ ਉਹਨਾਂ ਦੇ 4 ਸਾਲ ਚ ਕੰਮ ਹੋਏ ਆ ਨਾ ਤੇ ਤਾਂ ਟਿੱਕੇ ਜਿਹੜੇ ਹੈਗੇ ਆ ਬੈਠੇ ਆ, ਤੇ ਤੇਰੇ ਤੋਂ ਵੱਧ ਕੀਤੇ ਆ ਤੇ ਕਾਂਗਰਸ ਤੱਕ ਕੀਤੀ ਆ,
ਤੂੰ ਤੇ ਹੁਣ ਨਜ਼ਰ ਨਹੀਂ ਆਉਂਦਾ ਤੈਨੂੰ, ਨਾ ਕੋਈ ਸੱਜੇ ਨਾ ਕੋਈ ਖੱਬੇ, ਸਭ ਮੈਂ ਛੱਕ ਗਿਆ, ਖਾਲੜਾ ਵੀ ਛੱਕ ਗਿਆ, ਸੁਖਬੀਰ ਹੋਣੀ ਵੀ ਛੱਕ ਗਿਆ, ਉਹਨੂੰ ਸਾਡਾ ਕਾਂਗਰਸ ਦਾ ਕੈਂਡੀਡੇਟ ਰਾਜਾ ਵੜਿੰਦਰ 20,000 ਦੀ ਵੋਟ ਉਹ ਹਰਿਆ, ਤੇ ਇੰਨੀ ਕੁ ਵੋਟ ਤੂੰ ਖੜੀ ਆ, ਤੇ ਤੂੰ ਉਹਨਾਂ ਨਾਲ ਰਲ ਕੇ ਨੂੰ ਕਾਂਗਰਸ ਨੂੰ ਖਤਮ ਕਰਨ ਹੀ ਗਿਆ ਹਾਂ। ਉਦੋਂ ਤਾਂ ਜਿਹੜਾ ਐਲਟ ਐਡੀ ਜੀਪ ਕੱਢੀ ਸੀ ਬਾਹਰ ਖਾਲੜਾ ਦੇ ਨਾਂ ਦੇ ਰੁਪਈਏ ਇਕੱਠੇ ਕਰਨ ਲਈ ਵੀ, ਤੇ ਹੁਣ ਹੁਣ ਖਰੜਾ ਸਾਹਮਣੇ ਜਾ ਕੇ ਕੀ ਕਹੇਗਾ, ਅੱਜ ਸ਼ਹੀਦੀ ਦਿਹਾੜਾ ਚੱਲ ਰਿਹਾ ਹਫ਼ਤਾ, ਕਰ ਜਵੈਣ ਇਹ ਤੇਰੇ ਤੇ ਸਵਾਲ। ਕਈ ਕਮੈਂਟ ਕਰਕੇ ਇਹ ਵੀ ਆਖਣਗੇ ਵੀ ਤੂੰ ਵੀ ਕਾਂਗਰਸ 'ਚ, ਮੈਂ ਕਿਹੜਾ ਹਾਂ ਹੈਗਾ, ਪਰ ਮੈਂ ਇਹਦੇ ਵਾਂਗੂ ਐਡੇ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦਾ, ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਮੈਂ ਖੁਦ ਮੁਖਤਿਆਰੀ ਜਿਹੜੀ ਹੈਗੀ ਹੈ ਇਹ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਸੀਗੀਆਂ ਇਹਦੀਆਂ ਸਵਾਲ ਇਹਦੇ 'ਤੇ ਖੜੇ ਹੋਏ ਸਾਰੇ, ਅਤੇ ਜਵਾਬ ਲੈਣ ਲਈ ਲੋਕ ਖੜਨਗੇ ਵਿੱਚ ਕਚਹਿਰੀ ਦੇ, ਬਾਈ 'ਚ ਵੀ ਮੰਗੂੰਗਾ, ਜੇ ਉਹ ਤੋਂ ਪਹਿਲਾਂ ਚੋਣ ਆਊਗੀ ਉਹ 'ਚ ਵੀ ਮੰਗੂੰਗਾ, ਅਤੇ ਭੱਜਣੀ ਪੁੱਤ ਤੂੰ ਜਿੱਥੇ ਭੱਜਣਾ ਤੇਰੇ ਅਗਲੇ ਬੰਨੇ ਖੜਾ ਹੋਊਗਾ। ਅੱਜ ਲਾਈਵ ਦੇ ਵਿੱਚ ਇਹੀ ਸੁਨੇਹਾ ਸੁਖਪਾਲ ਸਿੰਘ ਖਹਿਰਾ ਨੂੰ ਕਿ ਧਮਕਾਉਣਾ ਬੰਦ ਕਰ, ਅਤੇ ਆਪਣੇ ਹਲਕੇ ਦੇ ਵੀਰਾਂ ਨੂੰ ਬੇਨਤੀ ਕਰਦਾ ਵਿਸ਼ਵਾਸ ਰੱਖਿਓ ਚਟਾਨ ਵਾਂਗ ਖੜਾ ਤੁਹਾਡੇ ਨਾਲ, ਇਹਦੀਆਂ ਜਾਂ ਫੋਕੀਆਂ ਧਮਕੀਆਂ ਨਾ ਤਾਂ ਡਰਨ ਦੀ ਲੋੜ ਨਹੀਂ, ਅਤੇ ਨਾ ਐਸੇ ਲੀਡਰ ਦੀ ਲੋੜ ਆ ਜਿਹੜਾ ਬਦਲਾਖੋਰੀ ਦੀ ਰਾਜਨੀਤੀ ਕਰਦਾ ਹੋਵੇ। ਇਹ ਵੀ ਮੇਰੀ ਹਾਈਕਮਾਂਡ ਨੂੰ ਬੇਨਤੀ ਆ ਕਿ ਇੱਕ ਵਾਰੀ ਸਰਵੇ ਕਰਾ ਲਓ ਹਲਕਾ ਭਲੱਖ ਦੇ ਵਿੱਚੋਂ ਕਿ ਕਿੰਨੀ ਕੁ ਲੋਕਪ੍ਰਿਯਤਾ ਰਹਿ ਗਈ ਆ। 2019 ਦੇ ਵਿੱਚ ਜਿਹੜੀ ਪਾਰਟੀ ਨੂੰ ਇਹਨੇ ਸਮਰਥਨ ਦਿੱਤਾ ਸੀ ਉਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਸੀ, 7,000। ਇਸ ਕਰਕੇ ਜ਼ਮੀਨੀ ਲੈਵਲ ਦਾ ਸਰਵੇ ਕਰਾਓ, ਜੇ ਲੋਕਾਂ 'ਚ ਆਵਾਜ਼ ਆਵੇ ਜੀ ਸਭ ਕੇ ਸ਼ਾਮਿਲ ਕਰਾ ਲਿਓ, ਪਰ ਜੇ ਲੋਕਾਂ ਨੇ ਨਕਾਰਤਾ ਤਾਂ ਐਸੇ ਲੀਡਰ ਦੀ ਕਾਂਗਰਸ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਉਹ ਲੋਕਾਂ ਦੇ ਦਿਲ ਵਿੱਚ ਨਹੀਂ। ਨਫ਼ਰਤ ਦੀ ਰਾਜਨੀਤੀ ਕਰਨ ਵਾਲਾ ਬੰਦਾ, ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲਾ, ਦਲ ਬਦਲੂ ਮੈਥੋਂ ਸ਼ਬਦ ਮੁੱਕ ਗਿਆ, ਐਸਾ ਢੀਠ ਜੰਮਿਆ ਜਿਹਨੂੰ ਕੁਰਸੀ ਤੋਂ ਸਵਾਏ ਨਜ਼ਰ ਹੀ ਕੁਛ ਨਹੀਂ ਆਉਂਦਾ, ਜੇ ਲੀਡਰ ਆਫ ਓਪੋਜੀਸ਼ਨ ਤੋਂ ਲਾਟਾ ਮਾਰ ਕੇ ਛਾਲ ਆਪਣੀ ਬਣਾਉਣੀ, ਉਹ ਕਿਤੇ ਤੇ ਰੱਖ। ਜੇ ਸਰਦਾਰ ਸੁਖਜਿੰਦਰ ਸਿੰਘ ਜੀਉਂਦਾ ਹੁੰਦਾ ਨਾ ਅੱਜ, ਤੇ ਆਹ ਕੁਛ ਵੇਖ ਕੇ ਉਹਨੇ ਦੁਬਾਰਾ ਦੁਨੀਆਂ ਜਿਹੜਾ ਹੈਗਾ ਵਾਪਸ ਚਲ ਜਾਣਾ ਸੀ, ਭਲਾ ਯਾਰ ਰਹਿਣ ਦੇ, ਇਹਦੇ ਐਸੀ ਔਲਾਦ ਜੰਮਣ ਉਹਨਾਂ ਨੂੰ ਨਾ ਹੀ ਜੰਮਦਾ। ਕਰਦਾਰ ਹੋਣਾ ਚਾਹੀਦਾ ਇਨਸਾਨ ਦਾ, ਜੇ ਖੜਾ ਜੇ ਕਹਿੰਦਾ ਆਪਣੀ ਤਾਂ ਆਹੀ ਆਪਣਾ ਮੈਦਾਨ ਚ ਆਪਣੀ ਪਾਰਟੀ ਤੇਰੀ ਮਾਂ ਪਾਰਟੀ ਤੇਰੀ ਉਹੀ ਹੋਈ ਨਾ ਪੰਜਾਬੀ ਏਕਤਾ, ਵੀ ਤੂੰ ਆਪਣਾ ਹੀ ਇਹਦਾ ਤੂੰ ਪ੍ਰਧਾਨ ਆ, ਤਾਂ ਆਹ ਉਹਦੇ ਇੱਕ ਨਿਸ਼ਾਨ ਇੱਕ ਵਿਧਾਨ ਇੱਕ ਪ੍ਰਧਾਨ ਉਹ ਕਿੱਥੇ ਗਿਆ ਤੇਰਾ, ਸਭ ਉੱਡ ਗਏ, ਕੋਈ ਝੰਡਾ ਨਹੀਂ ਕੋਈ ਡੰਡਾ ਨਹੀਂ ਕੋਈ ਪ੍ਰਧਾਨ ਨਹੀਂ, ਜਿਹੜੀਆਂ ਗੱਲਾਂ ਜਾਈ ਨਾਲੇ ਮੈਂ ਕਹਿੰਦਾ ਉੱਥੇ ਵੀ ਨਾਲੇ ਬਾਰਡਰ ਤੇ ਵੀ ਇੱਥੇ ਕਿਸਾਨ ਬੈਠੇ ਆ, ਤੇ ਨਾਲੇ ਜਿਹੜੇ ਆਪਣੇ ਥੋੜੇ ਦਿਨ ਪਹਿਲਾਂ ਰਣਜੀਤ ਸਿੰਘ ਜਹੇਦਾਰ ਹੋਣਾ ਦੇ ਨਾਲ ਖਲੋਤਾ ਐਡਾ ਐਡਾ ਜੀਪ ਕੱਢ ਕੇ ਭਾਸ਼ਣ ਦੇਣ ਦਿਆਂ ਹਾਂ, ਸਿੱਖਿਆ ਦੇਣ ਦਿਆਂ ਹਾਂ, ਇਹ ਸਾਰੀਆਂ ਗੱਲਾਂ 6 ਜੂਨ ਤੱਕ ਲਾਈਵ ਹੋ ਕੇ ਆਪਣੇ ਪੇਜ ਤੇ ਕਹਿ ਕੇ ਮੈਂ ਕਾਂਗਰਸ 'ਚ ਆ ਰਿਹਾ ਮੈਂ ਥੁੱਕ ਕੇ ਚੱਕ ਰਿਹਾ, ਤੇ ਫਿਰ ਦੱਸਣਗੇ ਲੋਕ ਉਸੇ ਤੇਰੇ ਲਾਈਵ ਦੇ ਵਿੱਚ। ਇੱਕ ਮੈਂ ਹੋਰ ਆਪਣੇ ਹਲਕੇ ਦੇ ਵੀਰ ਨੂੰ ਬੇਨਤੀ ਕਰੂੰਗਾ ਕਿ ਇੰਨਾ ਹੀ ਜ਼ਿਆਦਾ ਗੂੜਾ ਸਾਂਝ ਰੱਖਦੇ ਉਹਦੇ ਕਮੈਂਟ 'ਤੇ ਡਿਬੇਟ ਕਰਨ ਦਾ, ਅਤੇ ਫਿਰ ਚਲੇ ਵੀ ਉਹਦੇ ਨਾਲ ਹੀ ਜਾਣਾ ਸੀ ਉਦੋਂ ਜਦੋਂ 15 'ਚ ਗਿਆ ਸੀ, ਅਤੇ ਹੁਣ ਉਹਦੇ ਨਾਲ ਆ ਜਾਂਦੇ, ਅਤੇ ਇੱਥੇ ਤੁਹਾਨੂੰ ਕਾਂਗਰਸ ਨੇ ਬੜਾ ਮਾਣ ਸਤਿਕਾਰ ਦਿੱਤਾ ਕਿ ਵੀ ਧਿਆਨ ਰੱਖੋ ਹਾਂਜੀ ਕਾਲੇ ਨਾ ਪਾਓ। ਕਾਂਗਰਸ ਪਾਰਟੀ ਜਿਹੜੀ ਟਿਕਟ ਨਹੀਂ ਦੇਣ ਲੱਗੀ ਇਹਨੂੰ, ਜਵੈਨ ਜਦੋਂ ਕੋਈ ਬੰਦਾ ਕਰਦਾ ਉਹ ਕਾਂਗਰਸ ਨੇ ਤਾਂ ਕਹਿਣਾ ਵੀ ਆੜੇ ਤੂੰ ਕੀ ਐਸੇ ਹੁਣ ਬੋਲ ਵੀ ਜਿੱਦਾਂ ਖਿਲਾਫ਼ ਬੋਲਦਾ ਹੁਣ ਬੋਲ ਕੇ ਦਿਖਾ ਹੱਕ 'ਚ ਥੁੱਕ ਕੇ ਚੱਟ, ਆਹ ਹੋਣਾ ਸਵਾਲ। ਪਾਰਟੀ 22 ਦੇ ਵਿੱਚ ਜਿੱਤਣ ਵਾਲੇ ਕੈਂਡੀਡੇਟ ਨੂੰ, ਲੋਕਾਂ ਦੇ ਕੰਮ ਕਰਨ ਵਾਲੇ ਕੈਂਡੀਡੇਟ ਨੂੰ ਟਿਕਟ ਦੇ ਕੇ ਭਲਾ ਚੋਣਾਂ ਜਿਹੜੀ ਹੈਗੀ ਆ ਉਹ ਲੜਾਊਗੀ। ਇਹੀ ਬੇਨਤੀ ਕਰਨੀ ਸੀ ਦੋਸਤੋ, ਗੱਲਬਾਤ ਦੌਰਾਨ ਕੋਈ ਸ਼ਬਦ ਉੱਪਰ ਥੱਲੇ ਹੋ ਗਿਆ ਤਾਂ ਫਿਰ ਵੀ ਖਿਮਾ ਦਾ ਜਾਜਕਾਂ, ਪਰ ਐਸੀਆਂ ਗੱਲਾਂ ਕਰਨ ਵਾਲਿਆਂ ਬੰਦਿਆਂ ਦਾ ਜਵਾਬ ਵੀ ਫਿਰ ਮੈਨੂੰ ਉਸੇ ਹੀ ਆਵਾਜ਼ 'ਚ ਦੇਣਾ ਪਿਆ। ਫਤਿਹ ਦੋਸਤੋ, ਫਿਰ ਦੁਬਾਰਾ ਗੱਲ ਕਰਾਂਗੇ ਕਿਸੇ ਨਾ ਕਿਸੇ ਟੌਪਿਕ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।